कोरोना वायरस महामारी ਦੌਰਾਨ ਜਿੱਥੇ ਕੋਰੋਨਾ ਦੇ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧਣ ਲੱਗਾ ਹੈ ਤਾਂ ਇਸ ਦਰਮਿਆਨ ਲੋਕਡਾਊਨ ਦਾ ਲੰਮਾ ਸਮਾਂ ਖਿੱਚਣ ਦੀ وجہ ਨਾਲ ਫਸੇ ਮਜ਼ਦੂਰ ਵੀ ਹੁਣ ਕੰਮ ਵਾਪਸੀ ਲਈ ਬੇਕਰਾਰ ਹਨ। ਉਹਨਾਂ ਦੇ ਸਬਰ ਦਾ ਬੰਦ ਟੁੱਟਣ ਲੱਗਾ ਹੈ। ਕੁਝ ਪੈਦਲ ਹੀ ਘਰਾਂੋਂ ਨਿਕਲ ਤੁਰੇ ਹਨ ਤਾਂ ਕੁਝ ਪਹੁੰਚਾਉਣ ਲਈ ਸਰਕਾਰ ਵੱਲੋਂ ਪ੍ਰਬੰਧ ਵੀ ਕੀਤੇ ਗਏ ਪਰ ਪਰ ਹਾਲੇ ਵੀ ਕੁਝ ਅਜਾਏ ਹਨ ਜੋ ਮੁਲਕ ਦੇ ਵੱਖ-ਵੱਖ ਖੇਸਿਆਂ 'ਚ ਫਸੇ ਹੋਏ ਹਨ। ਪਿਛਲੇ ਕਰੀਬ ਡੇਢ ਮਹੀਨੇ ਤੋਂ ਬੇਕਾਰ ਹਨ, ਕੋਈ ਕੰਮ ਨਹੀਂ। ਜੇਬ ਵਿੱਚ ਪੈਸੇ ਹਨ ਉਹ ਖਰਚ ਹੋ ਚੁੱਕੇ ਹਨ। ਘਰਦਿਆਂ ਦੀ ਫਿਕਰ ਸਤਾਉਣ ਲੱਗੀ ਹੈ। ਕਿਸੇ ਵੀ ਹਿੱਲੇ ਵਾ ਪਾਰ ਕੋਈ ਦਰਿਆ ਨਹੀਂ ਅਜਾਇਬ ਵਿੱਚ ਕੁਝ ਮਜ਼ਦੂਰਾਂ ਦੀ ਮਦਦ ਲਈ ਫਿਲਮ ਸਟਾਰ ਸੋਨੂ ਸੂਦ ਅੱਗੇ ਆਏ ਹਨ ਪੰਜਾਬ ਦੇ ਮੋਗਾ ਜਿਹੜੇ ਨਾਲ ਸਬੰਧਿਤ ਇਸ ਬਾਲੀਵੁੱਡ ਅਦਾਕਾਰ ਸੋਨੂ ਸੂਦ ਨੇ ਵੱਡਾ ਦਿਲ ਵਿਖਾਉਂਦਿਆਂ ਇਹਨਾਂ ਮਜ਼ਦੂਰਾਂ ਨੂੰ ਕਰੋਕਰਹੀ ਪੰਚਾਉਂ ਦਾ ਬੀੜਾ ਚੁੱਕਿਆ ਹੈ ਉਹਨਾਂ ਵੱਲੋਂ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੈ ਜਿਸ ਵਿੱਚ ਸੋਨੂ ਸੂਦ ਹੱਥ ਹਿਲਾ ਮਜ਼ਦੂਰਾਂ ਨਾਲ ਭਰੀਆਂ ਬੱਸਾਂ ਨੂੰ ਰਵਾਨਾ ਕਰ ਰਹੇ ਹਨ ਬੱਸਾਂ ਦੀਆਂ ਤਾਕੀਆਂ ਚੋਂ ਇਹ ਮਜ਼ਦੂਰ ਸੋਨੂ ਸੂਦ ਵਾਲਾ ਆਪਣਤ ਨਾਲ ਤੱਕ ਰਹੇ ਹਨ ਅਤੇ ਹੱਥ ਜੋੜ ਉਹਨਾਂ ਦਾ ਧੰਨਵਾਦ ਕਰ ਰਹੇ ਹਨ ਸੋਨੂ ਸੂਦ ਵੱਲ ਇਤੋਂ 10 ਬੱਸਾਂ ਰਵਾਨਾ ਹੋਈਆਂ ਹਨ ਜੋ ਇਹਨਾਂ ਮਜ਼ਦੂਰਾਂ ਨੂੰ ਕਰੋਕਰੀ ਪਹੁੰਚਾਉਣ ਗਿਆ। ਕੋਰੋਨਾ ਵਾਇਰਸ ਦੇਸ਼ ਵਿੱਚ ਤਬਾਹੀ ਮਚਾ ਰਿਹਾ ਹੈ। ਇਸ ਦੌਰਾਨ ਮਜ਼ਦੂਰ ਬਿਨਾਂ ਕੰਮ ਤੋਂ ਬਹੁਤ ਬੇਵੱਸ ਹਨ। ਅਜਿਹੀ ਸਥਿਤੀ ਵਿੱਚ ਸੋਨੂ ਸੂਧਨੀ ਨਾਲ ਲੋੜਵੰਦਾਂ ਦੀ ਸਹਾਇਤਾ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਸੋਨੂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਕਰਲ ਜਾਣ ਲਈ 10 ਬੱਸਾਂ ਦਾ ਪ੍ਰਬੰਧ ਕੀਤਾ ਹੈ। ਉਹ ਇਹਨਾਂ ਬੱਸਾਂ 'ਚ ਮਜ਼ਦੂਰਾਂ ਨੂੰ ਉਹਨਾਂ ਦੇ ਘਰ ਪੇਜ ਰਹੇ ਹਨ। ਸੋਨੂ ਉਹਨਾਂ ਨੂੰ ਵਿਦਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਤੁਸੀਂ ਵੇਖੋਗੇ ਕਿ ਵਰਕਰ ਹੱਥ ਜੋੜ ਸੋਨੂ ਦਾ ਧੰਨਵਾਦ ਕਰ ਰਹੇ ਹਨ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੋਨੂ ਲੰਬੇ ਸਮੇਂ ਤੋਂ ਲੋੜਵੰਦਾਂ ਲਈ ਸਹਾਇਤਾ ਕਰ ਰਹੇ ਹਨ ਉਹਨਾਂ ਨੂੰ ਭੋਜਨ ਦੇ ਰਹੇ ਹਨ ਸੋਨੂ ਸੂਦ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੋਰੋਨਾ ਵਾਇਰਸ ਕਲਾਫ ਲੜਾਈ ਵਿੱਚ ਇਕੱਠੇ ਹੋਣਾ ਪਵੇਗਾ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਹਨ ਇਸ ਲਈ ਕਿਸੇ ਕੋਲ ਖਾਣ ਅਤੇ ਰਹਿਣ ਦੀ ਸਹੂਲਤ ਨਹੀਂ ਇਹ ਇੱਕ ਮੁਸ਼ਕਲ ਸਮਾਂ ਹੈ ਅਸੀਂ ਇਨ੍ਹਾਂ ਲੋਕਾਂ ਦੀ ਮਦਦ ਲਈ ਵਿਸ਼ੇਸ਼ ਭੋਜਨ ਅਤੇ ਰਾਸ਼ਨ ਡਰਾਈਵਾਂ ਚਲਾਈਆਂ ਹਨ ਇਹ ਮੇਰੇ ਪਿਤਾ ਦੇ ਨਾਮ ਤੇ ਹੈ ਅਤੇ ਇਸ ਦਾ ਨਾਮ ਸ਼ਕਤੀ ਆਨੰਦਮ ਹੈ ਮੈਂ ਉਮੀਦ ਕਰਦਾ ਹਾਂ ਕਿ ਇਸ ਮਹਿੰਮ ਦੇ ਜ਼ਰੀਏ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਕਾਂਗੇ ਤਾਂ ਦੱਸ ਦਈਏ ਕਿ ਇਸ ਦੇ ਨਾਲ ਹੀ ਸੋਨੂ ਨੇ ਕਰੋਨਾ ਵਾਰੀਅਰਜ਼ ਲਈ ਆਪਣਾ ਹੋਟਲ ਵੀ ਦਿੱਤਾ ਹੈ ਮੈਡੀਕਲ ਵਰਕਰ ਆਰਾਮ ਕਰਨ ਅਤੇ ਸੌਣ ਲਈ ਉਹਨਾਂ ਨੇ ਹੋਟਲ ਸ਼ਕਤੀ ਸਾਗਰ ਆ ਸਕਦੇ ਹਨ ਜਿੱਤੇ ਸਾਰੇ ਪ੍ਰਬੰਧ ਉਹਨਾਂ ਵੱਲੋਂ ਕੀਤੇ ਗਏ ਹਨ ਪੰਜਾਬੀ ਨੌਜਵਾਨ ਸੋਨੂ ਸੂਦ ਵੱਲੋਂ ਕਰ ਵਾਪਸ ਪਰਤਨ ਦੀ ਆਸ ਤਿਆਗ ਚੁੱਕੇ ਨਾ ਮਜ਼ਦੂਰਾਂ ਦੇ ਇਸ ਦੁੱਖ ਦੀ ਘੜੀ ਵਿੱਚ ਬਾਹ ਫੜ ਕੇ ਇਨਸਾਨੀਅਤ ਦੀ ਇੱਕ ਮਿਸਾਲ ਕਾਇਮ ਕੀਤੀ ਹੈ ਉਹਨਾਂ ਨੂੰ ਖੁਦ ਬੱਸਾਂ ਅਰੇਂਜ ਕਰ ਘਰੋ ਘਰੀ ਪਹੁੰਚਾਇਆ ਜਾ ਰਿਹਾ ਹੈ ਨਾਲ ਹੀ ਲੋੜ ਦਾ ਸਮਾਨ ਵੀ ਦਿੱਤਾ ਜਾ ਰਿਹਾ ਹੈ ਇਸ ਵਿਲੇ ਜਦੋਂ ਸਰਕਾਰਾਂ ਦੇ ਹੱਥ ਖੜੇ ਹਨ ਮਜ਼ਦੂਰ ਦਿਹਾੜੀਦਾਰ ਕੰਮਿਆ ਸਾਹਮਣੇ ਭੁੱਖੇ ਮਰਨ ਦੀ ਨੌਬਤ ਹੈ ਤਾਂ ਉਸ ਦਰਮਿਆਨ ਇਹਨਾਂ ਦਾ ਇੱਕ ਕਦਮ ਕਾਬਲੇ ਤਾਰੀਫ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ